ਕਹਿੰਦੇ ਹਨ ਸੱਚੇ ਮਨ ਨਾਲ ਅਸੀਂ ਪ੍ਰਭੂ ਦੇ ਕੋਲੋਂ ਜੋ ਵੀ ਮੰਗਦੇ ਹਾਂ ਜ਼ਰੂਰ ਪੂਰਾ ਹੁੰਦਾ ਹੈ। ਅਜਿਹਾ ਹੀ ਗੁਰਦਾਸਪੁਰ ਦੇ ਪਿੰਡ ਨੰਗਲ ਦੀ ਰਹਿਣ ਵਾਲੀ ਮਹਿਲਾ ਨਾਲ ਹੋਇਆ, ਜਿਸ ਨੇ ਬਟਾਲਾ ਦੇ ਇਤਿਹਾਸਿਕ ਸਿੱਧ ਪੀਠ ਕਾਲੀ ਦੁਰਗਾ ਮੰਦਿਰ ਮਾਂ ਦੇ ਦਰਬਾਰ ਆ ਕੇ ਝੋਲੀ ਅੱਡ ਕੇ ਮਾਤਾ ਰਾਣੀ ਦੇ ਕੋਲ ਆਪਣੇ ਬਿਮਾਰ ਭਤੀਜੇ ਦੀ ਚੰਗੀ ਸਿਹਤ ਲਈ ਅਰਦਾਸ ਕੀਤੀ ਸੀ। ਤੇ ਇਸ ਤੋਂ ਬਾਅਦ ਮਾਤਾ ਰਾਣੀ ਨੇ ਮਹਿਲਾ ਦੀ ਸੱਚੀ ਲਗਨ ਤੇ ਭਗਤੀ ਨੂੰ ਦੇਖਦੇ ਹੋਏ ਮਹਿਲਾ ਦੀ ਮੰਨਤ ਨੂੰ ਪੂਰੀ ਕਰ ਦਿੱਤਾ ਤੇ ਉਸਦੇ ਬਿਮਾਰ ਭਤੀਜੇ ਨੂੰ ਚੰਗੀ ਸਿਹਤ ਤੇ ਤੰਦਰੁਸਤੀ ਬਖਸ਼ੀ ਹੈ। ਜਿਸ ਤੋਂ ਬਾਅਦ ਮਹਿਲਾ ਆਪਣੇ ਪਰਿਵਾਰ ਦੇ ਨਾਲ ਮਾਤਾ ਰਾਣੀ ਦੇ ਦਰਬਾਰ 45 ਕਿਲੋਮੀਟਰ ਨੰਗੇ ਪੈਰ ਸਫ਼ਰ ਕਰਕੇ ਪਹੁੰਚ ਚੁੱਕੀ ਹੈ। ਮਹਿਲਾ ਤੇ ਉਸਦੇ ਪਤੀ ਦਾ ਇਹ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹਨ। ਮਾਤਾ ਰਾਣੀ ਨੇ ਉਹਨਾਂ ਦੀ ਝੋਲੀ ਇੱਕ ਵਾਰ ਫਿਰ ਤੋਂ ਭਰ ਦਿੱਤੀ ਹੈ। ਘਰ ਦੇ ਵਿੱਚ ਉਹ ਵੱਡੇ ਸੀ, ਅਸੀਂ ਕਦੇ ਵੀ ਜਿਹੜਾ ਫਰਕ ਨਹੀਂ ਸੀ ਕੀਤਾ। ਹਾਂ, ਮੇਰਾ ਬੇਟਾ ਹੀ ਹੈ, ਮੇਰੇ ਦੇਵਰ ਦਾ ਬੇਟਾ। ਅਤੇ ਮੈਂ 6 ਮਹੀਨੇ ਪਹਿਲੇ ਜਦੋਂ ਥੋੜ੍ਹੀ ਪ੍ਰੋਬਲਮ ਆਈ ਖਾਂਸੀ ਦੀ, ਅਤੇ ਖਾਂਸੀ ਦੀ ਪ੍ਰੋਬਲਮ ਕਰਕੇ ਇਹਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਰਹਿਣ ਲੱਗ ਪਈ। ਫਿਰ ਡਾਕਟਰਾਂ ਨੂੰ ਵਿਖਾਇਆ, ਡਾਕਟਰ ਕਹਿੰਦੇ ਵੀ ਇਹ ਜ਼ਿਆਦਾ ਪ੍ਰੋਬਲਮ ਆ, ਇਸ ਲਈ ਕਦੀ ਟੈਸਟ ਵਗੈਰਾ ਜੇ ਵੋ। ਅਸੀਂ ਥੋੜ੍ਹਾ ਡਰ ਗਏ ਅਤੇ ਮੈਂ ਕਿਹਾ ਹੇ ਮਹਾਂਮਾਰੀ ਵੀ ਠੀਕ ਕਰਿਓ, ਬੱਚੇ ਨੂੰ ਤੰਦਰੁਸਤ ਕਰਿਓ, ਅਤੇ ਮੈਂ ਨੰਗੇ ਪੈਰੀ ਆਵਾਂਗੀ, ਪੈਦਲ ਯਾਤਰਾ ਕਰਾਂਗੀ। ਮੈਂ ਕਿਸੇ ਨੂੰ ਦੱਸਿਆ ਨਹੀਂ। ਬਾਅਦ ਵਿੱਚ ਫਿਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੱਸਣਾ ਸ਼ੁਰੂ ਕੀਤਾ। ਮੈਂ ਇਹਨਾਂ ਨੇ ਕਹਿਣਾ ਤੂੰ ਹੁਣ ਪੈਦਲ ਯਾਤਰਾ ਕਰਨੀ ਹੈ, ਬਲਕਿ ਥੋੜ੍ਹਾ ਹੁੰਦਾ ਹੀ ਹੈ ਨਾ ਵੀ ਮੈਂ ਨਹੀਂ ਮੈਂ ਜਾਣਾ। ਔਂਕੜਾਂ ਵੀ ਬਥੇਰੀਆਂ ਆਈਆਂ, ਪਰ ਚਲੋ ਮਹਾਂਮਾਈ ਨੇ ਮਹਿਸੂਸ ਨਹੀਂ ਹੋਣ ਦਿੱਤਾ, ਮਹਾਂਮਾਈ ਨੇ ਤੋਰੀ ਰੱਖਿਆ। ਚਲੋ ਦਰ 'ਤੇ ਲਿਆਉਣ ਦਾ ਫਟਾਫਟ ਹੀ ਆ ਗਿਆ ਸੀ। ਹਾਂਜੀ, ਕੋਈ ਗੱਲ ਨਹੀਂ। ਤੁਹਾਡਾ ਇਹ ਬੇਟਾ ਆ ਜੀ, ਮੇਰੇ ਛੋਟੇ ਬ੍ਰਦਰ ਦਾ ਬੇਟਾ ਆ। ਇਹਦਾ ਨਾਂ ਵੈਸੇ ਤਾਂ ਹਰਸ਼ਵਰਧਨ ਆ, ਪਿਆਰ ਨਾਲ ਅਸੀਂ ਇਹਨੂੰ ਗੁੱਗੂ ਕਹਿੰਦੇ ਹਾਂ। ਪਿਛਲੇ ਕੋਈ 6 ਮਹੀਨਿਆਂ 'ਚ ਇਹਨੂੰ ਇੱਕ ਛੋਟੀ ਜਿਹੀ ਪ੍ਰੋਬਲਮ ਆ ਗਈ ਸੀ ਖਾਂਸੀ ਦੀ, ਜਿਹੜੀ ਕਿ ਉੱਥੋਂ ਲੱਗਦਾ ਸੀ ਪ੍ਰੋਬਲਮ ਵੱਧ ਗਈ, ਉਲਟੀ ਆਉਂਦੀ ਸੀ। ਡਾਕਟਰਾਂ ਨੇ ਟੈਸਟ ਲਿਖ ਕੇ ਦੇ ਦਿੱਤੇ, ਥੋੜ੍ਹਾ ਜਿਹਾ ਡਰਾਪ ਆਤਾ, ਜਿਹਦੇ ਕਰਕੇ ਸਾਰੀ ਫੈਮਿਲੀ ਜਿਹੜੀ ਡਰ ਗਈ। ਉਸ ਤੋਂ ਬਾਅਦ ਮੇਰੀ ਵਾਈਫ ਨੇ ਜਿਹੜੀ ਇੱਕ ਸੁੱਖਣ ਕੀਤੀ ਮਹਾਂਮਾਈ ਦੇ ਦਰਬਾਰ ਦੇ ਉੱਤੇ ਕਾਲੀ ਦੁਆਰੇ ਬਟਾਲਾ ਦੇ ਵਿੱਚ, ਕਿ ਅਸੀਂ ਪੈਦਲ ਆਵਾਂਗੇ ਗੁਰਦਾਸ ਨੰਗਲ ਤੋਂ। ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਅਸੀਂ ਇਸ ਤਰ੍ਹਾਂ ਜਾਣਾ, ਤਾਂ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਹੁਣ ਸੁੱਖਣ ਕੀਤੀ ਹੈ ਤਾਂ ਆਪਾਂ ਜ਼ਰੂਰ ਜਾਵਾਂਗੇ। ਬੇਟੇ ਦੇ ਜਿਵੇਂ ਥੋੜ੍ਹਾ ਥੋੜ੍ਹਾ ਠੀਕ ਹੋਣਾ ਸ਼ੁਰੂ ਹੋ ਗਿਆ, ਅਤੇ ਅਸੀਂ ਜਿਹੜਾ ਵਿਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਜ਼ਰੂਰ ਜਾਵਾਂਗੇ। ਥੋੜ੍ਹੀਆਂ ਬਹੁਤੀਆਂ ਦਿੱਕਤਾਂ ਨੇ, ਪਰ ਅਸੀਂ ਮਾਤਾ ਗਾੜੀ ਮਹਾਂਮਾਈ ਗਾੜੀ ਇੱਕੋ ਹੀ ਅਰਦਾਸ ਕਰਦੇ ਹਾਂ ਕਿ ਮਾਤਾ ਰਾਣੀ ਜਲਦ ਤੋਂ ਜਲਦ ਸਾਡੇ ਬੇਟੇ ਨੂੰ ਜਿਹੜਾ ਠੀਕ ਕਰ ਦੇਵੇ, ਸਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵੇ। ਉਹ ਜਿਹੜੀ ਪੈਦਲ ਯਾਤਰਾ ਮੇਰੀ ਮਿਸਿਜ਼ ਨੇ ਸੁਖੀ ਸੀ, ਉਹ ਪੈਦਲ ਯਾਤਰਾ ਅੱਜ ਅਸੀਂ ਸਵੇਰੇ 8:30 ਵਜੇ ਪਿੰਡ ਗੁਰਦਾਸ ਨੰਗਲ ਤੋਂ ਸ਼ੁਰੂ ਕਰਕੇ 5:15 ਜਿਹੜਾ ਆ ਸ਼ਾਮ ਦੇ ਮਹਾਂਮਾਈ ਦੇ ਦਰਬਾਰ 'ਤੇ ਪਹੁੰਚ ਕੇ ਹਾਜ਼ਰੀ ਲਵਾ ਦਿੱਤੀ ਹੈ। ਮਹਾਂਮਾਈ ਦੇ ਦਰਸ਼ਨ ਕਰ ਲਏ ਨੇ, ਅਰਦਾਸ ਕਰਕੇ ਬੱਚੇ ਨੂੰ ਮੱਥਾ ਟਿਕਾ ਲਿਆ ਆ। ਬਹੁਤ ਵਧੀਆ ਅਤੇ ਬਹੁਤ ਜ਼ਿਆਦਾ ਸਕੂਨ ਮਿਲਿਆ ਦਰਬਾਰ 'ਤੇ ਆਣ ਕੇ। ਮਹਾਂਮਾਈ ਗਾੜੀ ਕੋਈ ਅਰਦਾਸ ਆ ਲਾਸਟ ਟਾਈਮ ਕਿ ਬੱਚੇ ਨੂੰ ਬਹੁਤ ਜਲਦ ਜਿਹੜਾ ਆ ਸਿਹਤ ਜਾਬੀਦ ਕਰੇ, ਸਿਹਤ ਜਾਬੀ ਦੇਵੇ, ਅਤੇ ਬੱਚਾ ਬਹੁਤ ਜਲਦ ਜਿਹੜਾ ਸਾਡਾ ਠੀਕ ਹੋ ਜਾਵੇ, ਤਾਂ ਕਿ ਬੱਚੇ ਦੀਆਂ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਖਤਮ ਹੋ ਜਾਣ। ਮਹਾਂਮਾਈ ਦੇ ਗਾੜੀ ਬਸ ਇਹੀ ਅਰਦਾਸ ਆ। ਅਤੇ ਅੱਜ ਅਸੀਂ ਪੂਰਾ ਪਰਿਵਾਰ ਜਿਹੜਾ ਆ ਉੱਧਰੋਂ ਚੱਲ ਕੇ, ਮੈਂ ਅਤੇ ਮੇਰੀ ਮਿਸਿਜ਼, ਮੇਰਾ ਬ੍ਰਦਰ ਅਤੇ ਮੇਰੀ ਜਿਹੜੀ ਛੋਟੀ ਭਾਬੀ, ਉਹ ਬੱਚਿਆਂ ਦੇ ਨਾਲ ਇੱਥੇ ਪਹੁੰਚੇ ਹਾਂ। ਮਿਸਿਜ਼ ਤਾਂ ਲਗਾਤਾਰ ਜਿਹੜੀ ਪੈਦਲ ਯਾਤਰਾ ਕਰਦੀ ਹੋਈ ਪਹੁੰਚੀ, ਪਰ ਅਸੀਂ ਕਿਤੇ ਨਾ ਕਿਤੇ ਜਿਹੜਾ ਬੱਚਿਆਂ ਦੇ ਨਾਲ ਬਦਲਦੇ ਜਿਹੜਾ ਆ, ਕਦੀ ਸਕੂਟੀ ਬ੍ਰਦਰ ਚਲਾ ਲੈਂਦਾ ਸੀ,
ਕਦੀ ਮੈਚ ਲਾ ਲੈਂਦਾ ਸੀ ਅਤੇ ਥੋੜ੍ਹਾ ਥੋੜ੍ਹਾ ਉਹਦੇ ਨਾਲ ਅਸੀਂ ਸਾਥ ਦਿੰਦੇ ਹੋਏ ਉਹਦੇ ਨਾਲ ਨਾਲ ਰਹੇ ਹਾਂ, ਕਿਉਂਕਿ ਰੋਡ ਦੇ ਉੱਤੇ ਸੇਫਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਜਿਹੜਾ ਮਾਹੌਲ ਬੜਾ ਖਰਾਬ ਆ, ਝਟਪਟ ਜਿਹੜੇ ਅੱਜ ਕੱਲ੍ਹ ਜਿਹੜੇ ਆ ਸਨੈਚਰ ਨੇ ਉਹ ਇਸ ਤਰ੍ਹਾਂ ਦੇ ਕੰਮ ਕਰ ਜਾਂਦੇ ਨੇ, ਦਿਲ ਦੇ ਵਿੱਚ ਇੱਕ ਡਰ ਤਬਕਾ ਬਣਿਆ ਰਿਹਾ। ਪਰ ਮਹਾਮਾਈ ਨੇ ਬਹੁਤ ਜ਼ਿਆਦਾ ਸਾਥ ਦਿੱਤਾ, ਬਹੁਤ ਜ਼ਿਆਦਾ ਆਸ਼ੀਰਵਾਦ ਬਣਾ ਕੇ ਰੱਖਿਆ, ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ। ਥੋੜ੍ਹੇ ਜਿਹੇ ਸਾਲਿਆਂ ਦੀ ਪ੍ਰੋਬਲਮ ਆਈ ਹੈ, ਪਰ ਉਹ ਵੀ ਕਿਤੇ ਨਾ ਕਿਤੇ ਜਿਹੜੇ ਆ ਇੱਥੇ ਆਣ ਕੇ ਅਸੀਂ ਭੁੱਲ ਗਏ ਹਾਂ, ਅਤੇ ਬਹੁਤ ਵਧੀਆ ਆ। ਮਹਾਮਾਈ ਗੜੀ ਇੱਕੋ ਦੁਆ ਆ ਕਿ ਬੱਚਾ ਜਲਦੀ ਨਾਲ ਜਲਦੀ ਠੀਕ ਹੋ ਜਾਵੇ। ਜੈ ਮਾਤਾ।